ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਗੱਲ ਕਰਾਂਗੇ ਬਲਵੰਤ ਸਿੰਘ ਰਾਜੋਆਣੇ ਦੀ। ਬਲਵੰਤ ਸਿੰਘ ਰਾਜੋਆਣੇ ਦਾ ਨਾਂ ਜਿਹੜਾ ਹੈਗਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਵੱਲੋਂ ਵਿਚਾਰਿਆ ਗਿਆ ਅਤੇ ਖਬਰਾਂ ਇਹ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਜਿਹੜੀ ਹੈ ਹੁਣ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ ਅਤੇ ਇਸੇ ਨੂੰ ਲੈ ਕੇ ਖਾਸ ਤੌਰ 'ਤੇ ਉਹਨਾਂ ਦੀ ਭੈਣ ਕਮਲਦੀਪ ਕੌਰ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਪਰਿਵਾਰਕ ਮੈਂਬਰ ਨੇ ਇੱਕ ਵੱਡੀ ਜੰਗ ਜਿਹੜੀ ਇਹਨੇ ਲੜੀ ਹੈ, ਸਟਰਗਲ ਜਿਹੜਾ ਕੀਤਾ ਹੈ, ਭੈਣ ਦੇ ਤੌਰ ਦੇ ਉੱਪਰ ਆਪਣੇ ਭਰਾ ਨਾਲ ਖੜ੍ਹੇ ਵੀ ਹੋ ਰਹੇ, ਪਰ ਇਸ ਨੂੰ ਲੈ ਕੇ ਹੁਣ ਵਿਰੋਧ ਵੀ ਹੋ ਰਿਹਾ ਹੈ। ਬੇਅੰਤ ਸਿੰਘ ਦੇ ਪਰਿਵਾਰ ਦੇ ਵੱਲੋਂ ਜਿਹੜਾ ਹੈ ਇਸਦਾ ਵਿਰੋਧ ਹੋ ਰਿਹਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਰਾਜੋਆਣੇ ਦੀ ਜਿਹੜੀ ਫਾਂਸੀ ਦੀ ਸਜ਼ਾ ਮੁਆਫ ਕੀਤੀ ਜਾਂਦੀ ਹੈ ਤਾਂ ਬਾਹਰ ਪੈਰੋਲ 'ਤੇ ਉਹ ਆ ਕੇ ਮਾਹੌਲ ਖਰਾਬ ਕਰ ਸਕਦਾ ਹੈ। ਕਮਲਦੀਪ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਖਬਰਾਂ ਆ ਰਹੀਆਂ ਨੇ ਕਿ ਰਾਜੋਆਣਾ ਜੀ ਨੂੰ ਛੱਡਿਆ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਰਾਜੋਆਣੇ ਨੂੰ ਛੱਡਿਆ ਜਾ ਸਕਦਾ ਹੈ, ਪਹਿਲਾ ਪ੍ਰਤੀਕਰਮ ਤੁਹਾਡਾ ਇੰਡੀਆ ਨਿਊਜ਼ ਪੰਜਾਬ 'ਤੇ? ਜੀ ਬਿਲਕੁਲ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ 'ਤੇ ਇਹ ਮੀਡੀਆ ਦੇ ਵਿੱਚ ਹੀ ਨਿਊਜ਼ ਆ ਰਹੀ ਆ, ਹਜੇ ਸਾਨੂੰ ਪਰਿਵਾਰ ਨੂੰ ਕਨਫਰਮ ਨਹੀਂ ਹੋਇਆ। ਅਤੇ ਜੇਕਰ ਇਹ ਗੱਲ ਮੀਡੀਆ ਦੀ ਬਿਲਕੁਲ ਸਹੀ ਹੈ ਤਾਂ ਅਸੀਂ ਮਤਲਬ ਇਸ ਚੀਜ਼ ਦਾ ਇੱਕ ਪਰਿਵਾਰ ਹੋਣ ਦੇ ਨਾਤੇ ਬਹੁਤ ਜ਼ਿਆਦਾ ਅਸੀਂ ਸਵਾਗਤ ਕਰਦੇ ਹਾਂ ਕਿ ਸਾਨੂੰ 24 ਸਾਲ ਵੀਰ ਜੀ ਨੂੰ ਜੇਲ੍ਹ 'ਚ ਹੋ ਗਏ ਨੇ। ਇਹ ਸਾਡੇ ਲਈ, ਸਾਨੂੰ ਹੀ ਨਹੀਂ ਬਲਕਿ ਪੂਰੇ ਖਾਲਸਾ ਪੰਥ ਨੂੰ ਇੱਕ ਬਹੁਤ ਵੱਡੀ ਰਾਹਤ ਹੈ। ਪੂਰੇ ਖਾਲਸਾ ਪੰਥ ਦੇ ਜ਼ਖਮਾਂ 'ਤੇ ਇੱਕ ਮੱਲਮ ਹੈ ਅਤੇ ਇਕੱਲਾ ਖਾਲਸਾ ਪੰਥ ਹੀ ਨਹੀਂ, ਸਾਰੇ ਧਰਮਾਂ ਵਰਗਾਂ ਦੇ ਲੋਕ ਇਸ ਚੀਜ਼ ਦਾ ਸਵਾਗਤ ਕਰਦੇ ਨੇ ਜੀ। ਸਿੱਖ ਕੌਮ ਦੇ ਜ਼ਖਮਾਂ 'ਤੇ ਮੱਲਮ ਹੈ, ਪਰ ਅਜਿਹਾ ਜਾਪਦਾ ਨਹੀਂ ਉਦੋਂ ਜਦੋਂ ਲੁਧਿਆਣਾ ਤੋਂ ਹੀ ਸਾਂਸਦ, ਤੁਸੀਂ ਲੁਧਿਆਣੇ 'ਚ ਬੈਠੇ ਹੋ, ਲੁਧਿਆਣਾ ਤੋਂ ਹੀ ਸਾਂਸਦ ਰਵਨੀਤ ਬਿੱਟੂ ਕਹਿੰਦੇ ਨੇ ਜੇ ਰਾਜੋਆਣਾ ਬਾਹਰ ਆ ਗਿਆ ਅਤੇ ਪੈਰੋਲ 'ਤੇ ਛੁੱਟ ਗਿਆ ਤਾਂ ਮਾਹੌਲ ਖਰਾਬ ਕਰੇਗਾ, ਸਮਾਜ ਦੇ 'ਚ ਰਹਿਣ ਦਾ ਉਸਨੂੰ ਕੋਈ ਅਧਿਕਾਰ ਨਹੀਂ ਹੈਗਾ। ਦੇਖੋ ਜੀ, ਸਮਾਜ ਦੇ ਵਿੱਚ ਰਹਿਣ ਦਾ ਵੀਰ ਜੀ ਨੂੰ ਪੂਰਾ ਅਧਿਕਾਰ ਹੈ ਕਿਉਂਕਿ ਉਹ 24 ਸਾਲ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। ਪਹਿਲਾਂ ਤਾਂ ਮੈਂ ਉਹਨਾਂ ਨੂੰ, ਰਵਨੀਤ ਸਿੰਘ ਬਿੱਟੂ ਨੂੰ ਇਹ ਪੁੱਛਣਾ ਚਾਹਾਂਗੀ ਕਿ ਸਮਾਜ ਦੇ ਵਿੱਚ ਅਧਿਕਾਰ ਉਹ ਕਿਸ ਅਧਿਕਾਰ ਦੇ ਨਾਲ ਰਹਿ ਰਹੇ ਨੇ ਜਿਹੜੇ ਕਿ 35 ਸਾਲਾਂ ਤੋਂ ਸਿੱਖ ਕੌਮ ਦੇ ਨਿਰਦੋਸ਼ਾਂ ਦੇ ਕਾਤਲ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਨਿਰਦੋਸ਼ਾਂ ਦਾ ਕਤਲੇਆਮ ਕੀਤਾ, ਉਹ 35 ਸਾਲਾਂ ਤੋਂ ਉਸ ਸਾਡੇ ਸਮਾਜ ਦੇ ਵਿੱਚ ਕਿਸ ਆਧਾਰ ਦੇ ਨਾਲ ਰਹਿ ਰਹੇ ਨੇ? ਹੁਣ ਜੇਕਰ ਬੀਜੇਪੀ ਦੀ ਸਰਕਾਰ ਆਈ ਹੈ ਤਾਂ ਜਾ ਕੇ ਸੱਜਣ ਕੁਮਾਰ ਵਰਗੇ ਜੇਲ੍ਹ ਦੇ ਵਿੱਚ ਗਏ ਨੇ ਅਤੇ ਸਿੱਖ ਕੌਮ ਦੇ ਕਾਤਲ ਕਮਲਨਾਥ, ਜਗਦੀਸ਼ ਟਾਈਟਲਰ ਹਲੇ ਵੀ ਸਲਾਖਾਂ ਦੇ ਮਗਰ ਨਹੀਂ ਗਏ ਅਤੇ ਹਲੇ ਵੀ ਇਹ ਸੰਘਰਸ਼ ਜਾਰੀ ਹੈ ਸਿੱਖ ਕੌਮ ਦੇ ਕਾਤਲਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਦਾ। ਪਰ ਉਹ 35 ਸਾਲਾਂ ਤੋਂ ਜੇਲ੍ਹ ਤੋਂ ਬਾਹਰ ਨੇ ਅਤੇ ਮੇਰੇ ਵੀਰ ਆ ਜਿਹੜੇ 24 ਸਾਲ ਜੇਲ੍ਹ ਪੂਰੀ ਕਰ ਚੁੱਕੇ ਆ ਆਪਣੇ। ਕਮਲਦੀਪ ਜੀ, ਕੋਈ ਇੱਕ ਕਾਰਨ ਜੋ ਸਾਰਿਆਂ ਦੇ ਵੱਲੋਂ ਸਵਾਲ ਜਿਵੇਂ ਖੜਾ ਹੋ ਰਿਹਾ, ਕੋਈ ਇੱਕ ਕਾਰਨ ਦੱਸੋ ਮਤਲਬ ਕਿ ਉਹਨਾਂ ਨੂੰ ਰਿਹਾਅ ਕਿਉਂ ਕੀਤਾ ਜਾਵੇ ਜਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਿਉਂ ਕੀਤੀ ਜਾਵੇ? ਕੋਈ ਇੱਕ ਕਾਰਨ ਜਿਹੜਾ ਇੱਕ ਤਰਕ ਦਿੱਤਾ ਜਾਵੇ ਤੁਹਾਡੇ ਵੱਲੋਂ ਕਿ ਇਹ ਕਾਰਨ ਹੈ ਜੀ? ਵੀਰ ਜੀ ਨੇ ਬਿਲਕੁਲ, ਪਹਿਲਾ ਤਰਕ ਤਾਂ ਮੇਰਾ ਇਹ ਆ ਕਿ ਜਿਹੜਾ ਕਾਂਗਰਸ ਦੇ ਰਵਨੀਤ ਬਿੱਟੂ ਸਿਰਫ ਤੇ ਸਿਰਫ ਵੀਰ ਜੀ ਦਾ ਹੀ ਵਿਰੋਧ ਕਿਉਂ ਕਰਦੇ ਨੇ? ਕਿਉਂਕਿ ਵੀਰ ਜੀ ਨੇ ਕਾਂਗਰਸ ਦੇ ਜ਼ੁਲਮਾਂ ਨੂੰ ਅਦਾਲਤ ਦੇ ਵਿੱਚ ਰੱਖਿਆ, ਵੀਰ ਜੀ ਨੇ ਕਾਂਗਰਸ ਦੇ ਜ਼ੁਲਮਾਂ ਨੂੰ ਪੂਰੇ ਖਾਲਸਾ ਪੰਥ ਦੇ ਅੱਗੇ ਰੱਖਿਆ, ਵੀਰ ਜੀ ਨੇ ਆਪਣੇ ਕੌਮ ਦੇ ਲਈ ਇਨਸਾਫ਼ ਦੀ ਮੰਗ ਕੀਤੀ, ਵੀਰ ਜੀ ਨੇ ਇਹ ਕਿਹਾ ਕਿ ਮੇਰੀ ਕੌਮ ਦੇ ਨਾਲ ਇੰਨੀਆਂ ਬੇਇਨਸਾਫ਼ੀਆਂ ਹੋਈਆਂ ਨੇ, ਇੰਨੇ ਜ਼ੁਲਮ ਹੋਏ ਨੇ, ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ ਅਤੇ ਬਾਕੀ ਜਿਹੜੇ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਰਹੇ ਨੇ ਉਹ ਵੀ ਇਸੇ ਕੇਸ ਦੇ ਨਾਲ ਸੰਬੰਧਿਤ ਨੇ,
ਉਹਨਾਂ ਦਾ ਤੇ ਰਵਨੀਤ ਸਿੰਘ ਬਿੱਟੂ ਕਿਉਂ ਨਹੀਂ ਬੋਲਦੇ? ਬਾਕੀ ਭਾਈ ਰਾਜਾ ਸਿੱਖ ਕੌਮ ਦੀ ਸਤਿਕਾਰਤ ਸ਼ਖਸੀਅਤ ਨੇ, ਰਵਨੀਤ ਬਿੱਟੂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੱਡੇ ਨਹੀਂ ਹੋ ਸਕਦੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀਰ ਜੀ ਰਾਜੋਆਣਾ ਜੀ ਨੂੰ ਜਿੰਦਾ ਸ਼ਹੀਦ ਦੇ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਾ। ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ ਤੇ ਦੋ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੋ ਚੁੱਕਿਆ ਵੀਰ ਜੀ ਰਾਜੋਆਣਾ ਜੀ ਨੂੰ ਰਿਹਾ ਕਰਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਨੂੰ, ਕਿ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਦੇ ਨਾਲ ਜਾ ਕੇ ਗੱਲ ਕਰੇ ਤੇ ਵੀਰ ਜੀ ਦੀ ਰਿਹਾਈ ਕਰਵਾਏ। ਵੀਰ ਜੀ ਦਾ 24 ਸਾਲਾਂ ਦਾ ਜੇਲ੍ਹ ਦਾ ਸੱਚਾ ਸੁੱਚਾ ਜੀਵਨ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਜੀ। ਕਮਲਦੀਪ ਜੀ, ਇੱਕ ਹੋਰ ਸਵਾਲ ਜਿਵੇਂ ਖੜਾ ਹੋ ਜਾਂਦਾ, ਤੁਸੀਂ ਕਿਹਾ ਸੱਚਾ ਸੁੱਚਾ ਜੀਵਨ ਹੈਗਾ ਉਹਨਾਂ ਦਾ, ਗੱਲ ਹੋਰ ਜ਼ਿਕਰ ਕਰਨਾ, ਇੱਕ ਹੋਰ ਜ਼ਿਕਰ ਕਰਨਾ, ਹਾਂਜੀ ਇਹ ਤੇ ਮੈਂ ਜ਼ਿਕਰ ਕਰਨਾ ਚਾਹਾਂਗੀ ਇੱਕ ਘਟਨਾ ਦਾ, ਕਿ ਸਰਸੇ ਵਾਲੇ ਸਾਧ ਦਾ ਜਿਹੜਾ ਜਵਾਈ ਸੀ ਪਟਿਆਲਾ ਜੇਲ੍ਹ ਦੇ ਵਿੱਚ ਆਇਆ ਤੇ ਉਹ ਜਿਹੜਾ ਕਿ ਸਰਸੇ ਵਾਲੇ ਸਾਧ ਦੀਆਂ ਸਾਰੀਆਂ ਕਰਤੂਤਾਂ ਨੂੰ ਜਾਣਦਾ ਸੀ, ਉਸਨੂੰ ਮਾਰਨ ਦੀ ਜੇਲ੍ਹ ਦੇ ਵਿੱਚ 10 ਲੱਖ ਦੀ ਸਿਫਾਰਿਸ਼ ਦਿੱਤੀ ਗਈ ਸੀ। ਉਸਨੇ ਬਾਹਰ ਆ ਕੇ ਪੂਰੇ ਮੀਡੀਆ ਦੇ ਸਾਹਮਣੇ ਇਹ ਗੱਲ ਰੱਖੀ ਸੀ ਕਿ ਭਾਈ ਰਾਜੋਆਣਾ ਮੇਰੇ ਲਈ ਰੱਬ ਨੇ, ਕਿਉਂਕਿ ਭਾਈ ਰਾਜੋਆਣਾ ਨੇ ਮੇਰੀ ਜਾਨ ਬਚਾਈ ਹੈ। ਕਮਲਦੀਪ ਜੀ, ਦੇਖੋ ਹੁਣ ਸਰਸੇ ਵਾਲੀ ਦੀ ਗੱਲ ਤਾਂ ਆਪਾਂ ਕਰ ਨਹੀਂ ਸਕਦੇ, ਉਹ ਤਾਂ ਆਪ ਹੀ ਜੇਲ੍ਹ ਚ ਬੈਠਾ ਹੋਇਆ। ਨਹੀਂ ਠੀਕ ਹੈ, ਤੁਹਾਡੀ ਗੱਲ ਮੈਂ ਮੰਨ ਰਿਹਾ, ਠੀਕ ਹੈ, ਹੁਣ ਸਰਸੇ ਵਾਲਾ ਤਾਂ ਆਪ ਹੀ ਜੇਲ੍ਹ ਚ ਬੈਠਾ, ਉਹਨਾਂ ਦੇ ਜਵਾਈ ਦੀ ਗੱਲ ਕਰ ਰਹੀ ਹਾਂ। ਨਹੀਂ ਠੀਕ ਹੈ, ਤੁਹਾਡੀ ਗੱਲ ਮੈਂ ਮੰਨ ਰਿਹਾ, ਪਰ ਇੱਕ ਹੋਰ ਗੱਲ, ਤੁਸੀਂ ਕਿਹਾ ਕਿ ਸੱਚਾ ਸੁੱਚਾ ਜੀਵਨ, ਮੈਂ ਉਹਨਾਂ ਦੇ ਜਵਾਈ ਦੀ ਗੱਲ ਕਰ ਰਹੀ ਹਾਂ। ਹਾਂਜੀ ਹਾਂਜੀ, ਮੈਂ ਐਗਰੀ ਕਰ ਰਿਹਾ ਤੁਹਾਡੀ ਗੱਲ ਨਾਲ। ਮੈਂ ਕਹਿ ਰਿਹਾ ਜੀ, ਤੁਸੀਂ ਕਿਹਾ ਸੱਚਾ ਸੁੱਚਾ ਜੀਵਨ, ਉਹਨਾਂ ਦਾ ਆਚਾਰ ਵਿਵਹਾਰ ਜਿਹੜਾ ਅੰਦਰ ਜੇਲ੍ਹ ਚ ਬਹੁਤ ਚੰਗਾ ਸੀਗਾ, ਇੱਕ ਵਾਰ ਪੱਤਰਕਾਰ ਅੰਦਰ ਜਾਂਦੇ ਨੇ ਉਹਨਾਂ ਦੇ ਉੱਪਰ ਵੀ ਉਹ ਹਮਲਾ ਕਰ ਦਿੰਦੇ ਨੇ, ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਮਤਲਬ ਕਿਸ ਤਰੀਕੇ ਦਾ ਵਿਵਹਾਰ ਜਿਹੜਾ ਹੈਗਾ, ਕਿ ਜੋ ਕਿਹਾ ਜਾ ਰਿਹਾ ਹੁਣ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਵੀ, ਕਿ ਜੋ ਕਤਲ ਕਰਨ ਤੋਂ ਬਾਅਦ ਕਿਵੇਂ ਉਹ ਬੇਗੁਨਾਹ ਕਿਵੇਂ ਬਣ ਜਾਣਗੇ, ਕਿਵੇਂ ਮਰ ਜਾਣਗੇ? ਦੇਖੋ ਉਹ ਕਾਂਗਰਸ ਦੀਆਂ, ਦੇਖੋ ਜਿਹੜੇ ਇਹ ਸਾਰੇ ਦੋਸ਼ ਕਾਂਗਰਸ ਲਾ ਰਹੀ ਆ, ਜਿਹੜਾ ਉਹ ਪੱਤਰਕਾਰ ਸੀ ਜਿਹੜਾ ਪਿੰਕੀ ਕੈਟ ਸੀ, ਉਸਨੇ ਖੁਦ ਮੀਡੀਆ ਦੇ ਅੱਗੇ ਚੈਨਲ ਦੇ ਉੱਤੇ ਬੈਠ ਕੇ ਗੱਲ ਕਹੀ ਸੀ ਕਿ ਇਹ ਸਾਰੀ ਜਿਹੜੀ ਕਿ ਭਾਈ ਰਾਜੋਆਣਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ, ਇਹ ਕਾਂਗਰਸ ਨੇ ਰਚੀ ਸੀ। ਉੱਥੇ ਫਿਰ ਕੋਈ ਵੀ ਬੇਕਸੂਰ ਕਿਵੇਂ ਹੋ ਗਏ ਕਾਂਗਰਸ ਤੇ ਭਾਈ ਰਾਜੋਆਣਾ ਕਸੂਰਬਾਰ ਕਿਵੇਂ ਹੋ ਗਏ? ਭਾਈ ਰਾਜੋਆਣਾ ਦਾ ਜੀਵਨ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੈ, ਆਪਣੀ ਕੌਮ ਨੂੰ, ਆਪਣੀ ਧਰਤੀ ਨੂੰ ਸਮਰਪਿਤ ਹੈ। ਗੁਰਬਾਣੀ ਦੇ ਨਾਲ ਵੀਰ ਜੀ ਦਾ ਨਿਤਨੇਮ ਦੇ ਨਾਲ ਜੀਵਨ ਸ਼ੁਰੂ ਹੁੰਦਾ। 24 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ, ਉਹ ਜੇਲ੍ਹ ਤੋੜ ਕੇ ਭੱਜੇ ਨਹੀਂ। ਕਮਲਦੀਪ ਜੀ, ਤੁਸੀਂ ਤਾਂ ਉਹਨਾਂ ਨੂੰ ਬੁਰਾ ਕਹਿ ਸਕਦੇ ਹੋ ਜੇਕਰ ਉਹ ਜੇਲ੍ਹ ਤੋੜ ਕੇ ਭੱਜੇ ਹੋਣ। ਠੀਕ ਹੈ ਕਮਲਦੀਪ ਜੀ, ਇੱਕ ਹੋਰ ਗੱਲ, ਜੋ ਅੱਜ, ਕਿਉਂਕਿ ਭਾਵੇਂ ਕਾਂਗਰਸ ਦੀ ਹਕੂਮਤ ਹੈ, ਕਿਸੇ ਦੀ ਵੀ ਹਕੂਮਤ ਹੈਗੀ ਹੈ, ਅੱਜ ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਚਲੋ ਉਹਨਾਂ ਨੂੰ ਅਗਰ ਜੇ ਉਹਨਾਂ ਦੀ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਕਰ ਦਿੱਤੀ ਜਾਂਦੀ ਹੈ ਡੈਥ ਸੈਂਟੈਂਸ ਤੋਂ, ਅਤੇ ਕਹਿਣ ਦਾ ਭਾਵ ਹੈ ਅੱਜ ਜੋ ਪੰਜਾਬ ਦੇ ਹਾਲਾਤ ਨੇ, ਮੁੜ ਤੋਂ ਜਿਹੜਾ ਪੰਜਾਬ ਹੈਗਾ ਦਹਿਸ਼ਤਗਰਦੀ ਦੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਜਿਹੜੇ ਪੁਰਾਣੇ ਦਹਿਸ਼ਤਗਰਦ ਸੀਗੇ ਉਹਨਾਂ ਨੂੰ ਐਕਟਿਵ ਕੀਤਾ ਜਾ ਰਿਹਾ, ਸਰਗਰਮ ਕੀਤਾ ਜਾ ਰਿਹਾ ਹੈਗਾ। ਅਜਿਹਾ ਹੀ ਕਹਿਣਾ ਹੈ ਰਵਨੀਤ ਬਿੱਟੂ ਦਾ ਅਤੇ ਉਹਨਾਂ ਦਾ, ਕਿ ਜਦੋਂ ਅਗਰ ਇਹ ਛੋਟੇ ਦਿਨ ਦੇ ਵਿੱਚ ਕਾਮਯਾਬ ਹੁੰਦੇ ਨੇ, ਮੁੜ ਤੋਂ ਮਾਹੌਲ ਖਰਾਬ ਹੋ ਸਕਦਾ ਹੈ, ਕਿਉਂਕਿ ਲਗਾਤਾਰ ISIS ਦੇ ਪਿੱਛੇ ਲੱਗੀ। ਤੁਹਾਨੂੰ ਤਰਕ ਦਿਖਦਾ, ਤੁਹਾਨੂੰ ਕੋਈ ਤਰਕ ਦਿਖਦਾ? ਅਸੀਂ ਵੀ ਇਹੀ, ਹਾਂਜੀ ਬਿਲਕੁਲ ਬਿਲਕੁਲ, ਸਾਡੇ ਕੋਲ ਇਹ ਤਰਕ ਹੈ। 24 ਸਾਲਾਂ ਤੋਂ ਇਹ ISI ਤੇ ਕਾਂਗਰਸ ਦਾ ਇੰਨਾ ਗੂੜਾ ਕਨੈਕਸ਼ਨ ਹੈ, ਕਾਂਗਰਸ ਤੇ ਬਾਹਰ ਬੈਠੇ ਖਾਲਿਸਤਾਨੀਆਂ ਦਾ ਇੰਨਾ ਗੂੜਾ ਕਨੈਕਸ਼ਨ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਹਾਲਾਤ ਖਰਾਬ ਕੀਤੇ ਗਏ ਉਹ ਕਾਂਗਰਸ ਤੇ ਕਾਂਗਰਸ ਦੇ ਖਾਲਿਸਤਾਨੀਆਂ ਨੇ ਕੀਤੇ। ਭਾਈ ਰਾਜੋਆਣਾ ਪਿਛਲੇ ਸਮੇਂ ਚਿੱਠੀ ਲਿਖ ਕੇ ਬਿਲਕੁਲ ਸਪਸ਼ਟ ਕਰ ਚੁੱਕੇ ਨੇ ਕਿ ਅੱਜ ਤੱਕ ਕੋਈ ਵੀ ਖਾਲਿਸਤਾਨੀ ਕਹਾਉਣ ਦਾ ਬੰਦਾ ਮੈਨੂੰ ਮਿਲਣ ਨਹੀਂ ਆਇਆ, ਕਿਸੇ ਖਾਲਿਸਤਾਨੀ ਨੇ ਮੇਰੇ ਨਾਲ ਮੁਲਾਕਾਤ ਨਹੀਂ ਕੀਤੀ। ਔਰ ਸੈਕਿੰਡ ਗੱਲ ਵੀਰ ਜੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ
ਕਮਜ਼ੋਰ ਕਰਨ ਲਈ, ਆਰਥਿਕ ਲੁੱਟ ਕਰਨ ਦੇ ਲਈ ਇਹ ਸਾਰਾ ਜਿਹੜਾ ਖਾਲਿਸਤਾਨ ਦਾ ਗਾ ਇਹ ਕਾਂਗਰਸ ਨੇ ਤਾਣਾ ਬਾਣਾ ਰਚਿਆ ਹੋਇਆ ਗਾ। ਤੇ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੇ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਇੱਕ ਮਿੰਟ ਜੀ, ਸਿਮਰਨਜੀਤ ਸਿੰਘ ਮਾਨ ਵੱਡੇ ਖਾਲਿਸਤਾਨੀ, ਅੱਜ ਤੱਕ ਵੀਰ ਜੀ ਨਾਲ ਮੁਲਾਕਾਤ ਨਹੀਂ ਉਹਨਾਂ ਨੇ ਕੀਤੀ, ਫਿਰ ਮੇਰੇ ਭਰਾ ਦਾ ਕਿਸੇ ਜਥੇਬੰਦੀ ਨਾਲ, ਕਿਸੇ ਬਾਹਰ, ਕਿਸੇ ਫੋਰਨ ਦੇ ਵਿੱਚ ਕਿਸੇ ਦੇ ਨਾਲ ਵੀ ਸੰਬੰਧ ਨਹੀਂ ਰਿਹਾ। ਦੇਸ਼ ਦੀਆਂ ਏਜੰਸੀਆਂ ਨੇ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਭਾਈ ਰਾਜੋਆਣਾ ਦਾ 24 ਸਾਲਾਂ ਦੇ ਵਿੱਚ ਕਿਸੇ ਵੀ ਬਾਹਰ ਜਥੇਬੰਦੀ ਦੇ ਨਾਲ, ਕਿਸੇ ਵੀ ਇਹੋ ਜਿਹੇ ਖਾਲਿਸਤਾਨੀ ਲੋਕਾਂ ਦੇ ਨਾਲ ਕਦੇ ਕੋਈ ਸੰਬੰਧ ਨਹੀਂ ਰਿਹਾ। ਅਸੀਂ ਖੁਦ ਉਹਨਾਂ ਲੋਕਾਂ ਦੇ ਪੀੜਤ ਹਾਂ। ਕਮਲ ਜੀ, ਇਹ ਸਪੋਜ਼ ਇਹਨਾਂ ਦੀ ਡੈਥ ਸੈਂਟੈਂਸ ਜਿਹੜੀ ਹੈਗੀ ਹੈ ਇਹ ਕਨਵਰਟ ਹੁੰਦੀ ਹੈ ਲਾਈਫ ਇੰਪ੍ਰਿਜ਼ਨਮੈਂਟ ਯਾਨੀ ਉਮਰ ਕੈਦ ਦੇ ਵਿੱਚ, ਤਾਂ ਕੀ ਇਸ ਨੂੰ ਇੱਕ ਸਿਆਸੀ ਡਿਸੀਜਨ ਮੰਨਿਆ ਜਾਏਗਾ? ਕਿਉਂਕਿ ਕਿਤੇ ਨਾ ਕਿਤੇ ਹੁਣ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਰਾਜੋਆਣਾ ਜਿਹੜੇ ਨੇ ਉਹ ਸਿਆਸਤ ਵੱਲ ਅੱਗੇ ਵਧਦੇ ਦਿਖਾਈ ਦੇ ਰਹੇ ਨੇ, ਕਿਉਂਕਿ SGPC ਅਤੇ ਅਕਾਲੀ ਦਲ ਜਿਹੜਾ ਹੈਗਾ ਮਰਜ਼ੀ ਪਟੀਸ਼ਨ ਫਾਈਲ ਕਰਦੇ ਇਹਨਾਂ ਦੀ। ਭਾਈ ਰਾਜੋਆਣਾ, ਭਾਈ ਰਾਜੋਆਣਾ ਸਿਆਸਤ ਵੱਲ ਨਹੀਂ, ਭਾਈ ਰਾਜੋਆਣਾ ਆਪਣੇ ਗੁਰੂ ਨੂੰ ਸਮਰਪਿਤ ਨੇ ਜੀ, ਭਾਈ ਰਾਜੋਆਣਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ 'ਤੇ ਵੀਰ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ 'ਤੇ ਜਦੋਂ ਪੂਰੀ ਸਿੱਖ ਕੌਮ ਹੀ ਨਹੀਂ, ਸਾਰੇ ਧਰਮ ਵਰਗਾਂ ਦੇ ਲੋਕ ਸੜਕਾਂ 'ਤੇ ਸੀ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਨੂੰ ਕਨਵਰਟ ਕਰਾਉਣ ਲਈ, ਉਸ ਵਕਤ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਜਾਰੀ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਉਹ ਅਪੀਲ ਦਾਇਰ ਕਰਨ ਅਤੇ ਭਾਈ ਰਾਜੋਆਣਾ ਨੂੰ ਰਿਹਾ ਕਰਵਾਉਣ, ਕਿਉਂਕਿ ਭਾਈ ਰਾਜੋਆਣਾ ਨੇ ਇੱਕ ਗੱਲ ਸਾਫ਼ ਕਹੀ ਸੀ ਕਿ ਮੈਂ ਆਪਣੀ ਕੌਮ ਦੇ ਨਾਲ ਹੋਈਆਂ ਬੇਇਨਸਾਫੀਆਂ ਦੇ ਰੋਸ ਵਜੋਂ ਮੈਂ ਅਪੀਲ ਨਹੀਂ ਕੀਤੀ, ਕਾਂਗਰਸ ਦੇ ਜ਼ੁਲਮਾਂ ਦੇ ਰੋਸ ਵਜੋਂ, ਕਾਂਗਰਸ ਦੇ ਉਹ ਰੋਸ ਜੋ ਸਾਡੀ ਕੌਮ ਨੂੰ ਇਨਸਾਫ ਨਹੀਂ ਮਿਲਿਆ, ਤੇ ਉਹ ਰੋਸ ਸਮੁੱਚੇ ਖਾਲਸਾ ਪੰਥ ਦਾ ਰੋਸ ਸੀ, ਇਕੱਲੇ ਵੀਰ ਜੀ ਰਾਜੋਆਣਾ ਜੀ ਦਾ ਰੋਸ ਨਹੀਂ ਸੀ। ਕਮਲਦੀਪ ਜੀ, ਕਿਉਂਕਿ ਹੁਣ ਤੁਸੀਂ ਜਦੋਂ ਬੇਨਤੀ ਕੀਤੀ, ਵੀਰ ਜੀ ਰਾਜੋਆਣਾ ਜੀ ਨੇ ਜੇਕਰ ਪੂਰੇ ਖਾਲਸਾ ਪੰਥ ਦਾ ਪੱਖ ਰੱਖਿਆ, ਇਸੇ ਲਈ ਖਾਲਸਾ ਪੰਥ ਸੜਕਾਂ ਤੇ ਆਇਆ ਸੀ। ਕਮਲਦੀਪ ਜੀ, ਤੁਸੀਂ ਹੁਣ ਮਰਜ਼ੀ ਪਟੀਸ਼ਨ ਦੀ ਗੱਲ ਕੀਤੀ, ਤਾਂ ਇੱਕ ਚੀਜ਼, ਕਿਉਂਕਿ 1995 ਦਾ ਉਹ ਕਾਰਾ ਜਦੋਂ ਉਹ ਅਸੈਸੀਨੇਸ਼ਨ ਬੇਅੰਤ ਸਿੰਘ ਮੌਜੂਦਾ ਮੁੱਖ ਮੰਤਰੀ ਉਸ ਵੇਲੇ ਤਤਕਾਲੀ ਉਹਨਾਂ ਦਾ ਜਿਹੜਾ ਹੈ ਕਤਲ ਹੋ ਜਾਂਦਾ, ਅਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨਾਲ ਜਿਹੜੀ ਵਧੀਕੀਆਂ ਹੋਈਆਂ ਉਸਦਾ ਬਦਲਾ ਲੈਣ ਦੇ ਲਈ ਉਹਨਾਂ ਨੇ ਕੀਤਾ। ਅੱਜ ਇੰਨੇ ਸਾਲਾਂ ਬਾਅਦ ਸਮਾਂ ਬਦਲ ਗਿਆ, ਅੱਜ ਦੀ ਨੌਜਵਾਨ ਪੀੜ੍ਹੀ ਜੋ ਅੱਜ ਦੇ ਯੁੱਗ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਅੱਜ ਦੇ ਤੁਸੀਂ ਨੌਜਵਾਨਾਂ ਨੂੰ ਕਿਵੇਂ ਸਮਝਾਓਗੇ? ਕਿਉਂਕਿ ਜਦੋਂ ਇੱਕ ਕਤਲ ਹੈ, ਕਤਲ ਨੂੰ ਕਰਨ ਵਾਲਾ ਇੱਕ ਕਾਤਿਲ ਹੈ, ਤਾਂ ਉਸਨੂੰ ਜਸਟੀਫਾਈ ਕਿਵੇਂ ਕੀਤਾ ਜਾ ਸਕਦਾ? ਅਤੇ ਜਿਹੜਾ ਬੰਦਾ ਆਪ ਕਬੂਲ ਕਰ ਰਿਹਾ ਕਿ ਯੈਸ ਆਈ ਡਿਡ ਇਟ, ਮਤਲਬ ਕਿ ਉਸਨੂੰ ਆਪਾਂ ਅੱਜ ਦੇ ਬੱਚਿਆਂ ਨੂੰ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਸਮਝਾਵਾਂਗੇ? ਉਹਨਾਂ ਨੇ ਇਹ ਵੀ ਦੱਸਿਆ, ਹਾਂਜੀ ਭਾਈ ਵੀਰ ਜੀ ਰਾਜੋਆਣਾ ਜੀ ਨੇ ਇਹ ਸਪਸ਼ਟ ਕੀਤਾ ਕਿ ਜਿਨ੍ਹਾਂ ਨੇ ਜਿਸ ਕਾਂਗਰਸ ਕਾਤਲ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ-ਢੇਰੀ ਕੀਤਾ, ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਪਰ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗੀ ਕਿ ਵੀਰ ਜੀ ਰਾਜੋਆਣਾ ਜੀ ਨੇ ਜੋ ਕੀਤਾ ਉਹਦੀ ਸਜ਼ਾ 24 ਸਾਲ ਕੱਟ ਚੁੱਕੇ ਨੇ, ਪਰ ਇਹ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਮੇਰਾ ਸਵਾਲ ਹੈ ਕਿ ਸਿੱਖ ਕੌਮ ਦੇ ਨਿਰਦੋਸ਼ ਸਿੱਖਾਂ ਦਾ ਇੱਕ ਵੀ ਕਾਤਲ 24 ਸਾਲਾਂ ਤੋਂ ਕੋਈ ਜੇਲ੍ਹ ਵਿੱਚ ਬੰਦ ਹੈ? ਕਿ ਉਹਨਾਂ ਨੇ ਰਾਜਨੀਤੀ ਕਰਨ ਤੋਂ ਬਿਨਾਂ ਕੀ ਉਹਨਾਂ ਲੋਕਾਂ ਨੂੰ ਜੇਲ੍ਹ 'ਚ ਸਜ਼ਾਵਾਂ ਦਿਵਾਉਣ ਦੀ ਕਦੇ ਕੋਸ਼ਿਸ਼ ਕੀਤੀ? ਕਿ ਕਮਲਨਾਥ ਨੂੰ ਜੇਲ੍ਹ 'ਚ ਸਿੱਟਣ ਦੀ ਕੋਸ਼ਿਸ਼ ਕੀਤੀ? ਕਿ ਜਗਦੀਸ਼ ਟਾਈਟਲਰ ਨੂੰ ਜੇਲ੍ਹ 'ਚ ਸਿੱਟਣ ਦੀ ਕੋਸ਼ਿਸ਼ ਕੀਤੀ? ਸੱਜਣ ਕੁਮਾਰ ਹੁਣ ਜੇਲ੍ਹ 'ਚ ਗਿਆ, ਇੰਨੇ ਸਾਲਾਂ ਤੋਂ ਕਾਂਗਰਸ ਨੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਸਿੱਟਣ ਦੀ ਕੋਸ਼ਿਸ਼ ਕਿਉਂ ਨਹੀਂ ਸੀ ਕੀਤੀ? ਕਿਉਂ ਜ਼ਖਮਾਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਦੇ ਰਹੇ ਉਹ ਇੰਨਾ ਟਾਈਮ? ਇੱਕ ਤਰਕ ਹੋਰ ਆਉਂਦਾ ਜੋ ਪੰਜਾਬ ਤੋਂ ਆਉਂਦਾ, ਜੋ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹੈ ਕਿ ਉਸ ਵੇਲੇ ਜਦੋਂ ਇਹ ਅਸੈਸੀਨੇਸ਼ਨ ਹੋਇਆ ਬੇਅੰਤ ਸਿੰਘ ਦਾ, ਮਰਹੂਮ ਮੁੱਖ ਮੰਤਰੀ,
ਉਹਨਾਂ ਦਾ ਅਸੈਸੀਨੇਸ਼ਨ ਕੀਤਾ, ਤੁਹਾਡੇ ਭਾਈ ਸਾਹਿਬ ਨੇ ਕਬੂਲ ਕੀਤਾ, ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚਲੋ ਬਦਲਾ ਲਿੱਤਾ, ਪਰ ਕਹਿਣ ਦਾ ਭਾਵ ਹੈ ਕਿ ਜਿਹੜੇ ਉਸ ਕਾਲੇ ਦੌਰ ਤੋਂ ਪੰਜਾਬ ਨਿਕਲ ਰਿਹਾ ਸੀਗਾ ਅਤੇ ਉਸਨੂੰ ਖਤਮ ਕਰਨ ਦੇ ਵਿੱਚ ਇੱਕ ਪੱਖ ਇਹ ਆਉਂਦਾ ਕਿ ਬੇਅੰਤ ਸਿੰਘ ਨੇ ਇੱਕ ਵੱਡਾ ਰੋਲ ਪਲੇ ਕੀਤਾ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਵਿੱਚ, ਅੱਤਵਾਦ ਨੂੰ ਖਤਮ ਕਰਨ ਦੇ ਵਿੱਚ, ਤੇ ਉਹ ਲੋਕ ਜਿਹੜੇ ਉਸ ਪੱਖ ਨੂੰ ਮੰਨਦੇ ਨੇ ਉਹ ਤੁਹਾਡੀ ਗੱਲ ਤੋਂ ਜਸਟੀਫਾਈ ਕਿਵੇਂ ਹੋਣਗੇ? ਹਾਂ ਦੇਖੋ, ਜਸਟੀਫਾਈ ਇਸ ਤਰ੍ਹਾਂ ਹੋਣਗੇ, ਮੈਂ ਕਹਿੰਦੀ ਆ ਜੇਕਰ ਸਾਡੇ ਭਰਾਵਾਂ ਨੇ ਜੀ ਚੱਕ ਕੇ ਪੁਲਿਸ ਨੇ ਮਾਰ ਦਿੱਤਾ ਗਿਆ ਬਿਨਾਂ ਕਿਸੇ ਦੋਸ਼ ਲਾਸ਼ ਵੀ ਨਹੀਂ ਦਿੱਤੀ, ਉਸ ਚੀਜ਼ ਨੂੰ ਕਿਵੇਂ, ਉਹਨਾਂ ਦੇ ਕਾਤਲਾਂ ਨੂੰ ਅੱਜ ਤੱਕ ਸਜ਼ਾਵਾਂ ਕਿਉਂ ਨਹੀਂ, ਕਿਵੇਂ ਜਸਟੀਫਾਈ ਕਰੋਗੇ 25,000 ਬੇਗੁਨਾਹ ਸਿੱਖ ਲੋਕਾਂ ਦੇ ਕਾਤਲਾਂ ਨੂੰ, ਕਿਵੇਂ ਜਸਟੀਫਾਈ ਕਰੋਗੇ ਤੁਸੀਂ ਉਹ ਬੇਗੁਨਾਹ ਬੇਟੀ ਜਿਹਦੇ 15 ਦਿਨ ਦੇ ਵਿਆਹ ਹੋਇਆ ਸੀ, ਕਿਵੇਂ ਜਸਟੀਫਾਈ ਕਰੋਗੇ ਤੁਸੀਂ ਉਸਦੇ ਕਤਲ ਨੂੰ? ਕਮਲ ਜੀ ਤੁਸੀਂ ਆਪਣਾ ਤਰਕ ਦੇ ਰਹੇ ਹੋ, ਠੀਕ ਹੈ, ਕਿਉਂਕਿ ਕਾਨੂੰਨ ਵੀ ਤਰਕ ਤੇ ਹੀ ਚੱਲਦਾ, ਕਾਨੂੰਨ ਵੀ ਲੌਜਿਕ ਜਿਹੜਾ ਹੈ ਤੱਥ ਮੰਗਦਾ, ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ ਜੋ ਤੁਸੀਂ ਕਹਿ ਰਹੇ ਹੋ ਉਸੇ ਕਾਨੂੰਨ ਦੇ ਤਹਿਤ ਹੀ ਗੱਲ ਕਰ ਰਹੀ ਹਾਂ ਕਿ 24 ਸਾਲ ਪੂਰੇ ਕਰ ਚੁੱਕੇ ਨੇ ਵੀਰ ਜੀ। ਨਹੀਂ, ਉਹਨਾਂ ਨੂੰ ਡੈਥ ਸੈਂਟੈਂਸ ਹੋਇਆ ਸੀਗਾ, ਉਹ ਉਸ ਤੋਂ ਬਾਅਦ ਜਿਹੜਾ ਹਾਲੇ ਤੱਕ ਜਿਹੜਾ ਉਹਨੂੰ ਸਟੇਅ ਕੀਤਾ ਗਿਆ, ਤੁਸੀਂ ਕਹਿ ਰਹੇ ਹੋ ਕਿ ਸਜ਼ਾ ਪੂਰੀ ਕੀਤੀ ਹੋਈ ਹੈ, ਉਸਨੂੰ ਸਟੇਅ ਕੀਤਾ ਗਿਆ ਸੀਗਾ। ਬਿਲਕੁਲ ਜੀ, ਅਸੀਂ ਜਦੋਂ ਦੇਖੋ 8 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਜਿਹੜੀ ਕਿ ਉੱਥੇ ਪੈਰਵਾਈ ਕਰ ਰਹੀ ਆ, ਰਾਸ਼ਟਰਪਤੀ ਜੀ ਕੋਲੇ ਜਿਹੜੀ ਕਿ ਅਪੀਲ ਪਾਈ ਹੋਈ ਆ, ਇਹ ਫੈਸਲਾ ਉਸ ਅਪੀਲ ਤੇ ਹੋਇਆ। ਬਾਕੀ ਅਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੇਣਦਾਰਾਂ, ਸ਼ੁਕਰਗੁਜ਼ਾਰਾਂ ਸੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੇ, ਜਿਨ੍ਹਾਂ ਨੇ ਸਾਡੇ ਸਿੱਖਾਂ ਤੇ ਮਿਹਰ ਕੀਤੀ, ਸਾਡੇ ਜਿਹੜੇ ਘਰ ਉਜਾੜ ਦਿੱਤੇ ਗਏ ਸੀ ਦੁਬਾਰਾ ਉਹਨਾਂ ਦੇ ਵਿੱਚ ਰੋਸ਼ਨੀ ਕੀਤੀ। 24 ਸਾਲਾਂ ਦਾ ਜੋ ਸੰਤਾਪ ਅਸੀਂ ਭੋਗਿਆ ਉਸ ਦੇ ਵਿੱਚ ਸਾਨੂੰ ਇੱਕ ਰੋਸ਼ਨੀ ਦੀ ਕਿਰਨ ਦਿੱਤੀ। ਸਾਡੇ ਘਰ ਵੀਰ ਜੀ ਰਾਜੋਆਣਾ ਜੀ ਦੇ ਬਿਨਾਂ ਜੋ ਉੱਜੜੇ ਪਏ ਨੇ, ਸਾਡੇ ਉਹ ਘਰ ਦੁਬਾਰਾ ਤੋਂ ਅਸੀਂ ਇੱਕ ਜ਼ਿੰਦਗੀ ਜਿਉਂ ਸਕਾਂਗੇ ਨੋਰਮਲ। ਕਮਲ ਜੀ, ਇੱਕ ਬੜਾ ਬੁਨਿਆਦੀ ਸਵਾਲ, ਪੂਰਾ ਮੁਲਕ ਤੁਹਾਨੂੰ ਸੁਣ ਰਿਹਾ, ਪੂਰੀ ਦੁਨੀਆ 'ਚ ਤੁਹਾਡੀ ਆਵਾਜ਼ ਜਾ ਰਹੀ ਹੈ, ਤੁਹਾਨੂੰ ਲੋਕ ਦੇਖ ਰਹੇ ਨੇ, ਇੱਕ ਬੜਾ ਬੁਨਿਆਦੀ ਸਵਾਲ ਖੜਾ ਹੁੰਦਾ। ਜੇ ਮੰਨ ਲਿੱਤਾ ਜਾਵੇ ਕਿ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ, ਤੁਹਾਨੂੰ ਹਾਲੇ ਤੱਕ ਕੇਂਦਰ ਸਰਕਾਰ ਨੇ ਹਾਲੇ ਨਹੀਂ ਦੱਸਿਆ ਡਿਸੀਜਨ, ਜਾਂ ਹਾਲੇ ਤੁਹਾਡੇ ਤੱਕ ਪਹੁੰਚੀ ਨਹੀਂ ਖਬਰ, ਜੇ ਇਹ ਜਿਹੜੀ ਹੈ ਡੈਥ ਸੈਂਟੈਂਸ ਕਨਵਰਟ ਹੁੰਦੀ, ਉਮਰ ਕੈਦ ਦੇ ਵਿੱਚ ਹੋ ਜਾਂਦੀ ਹੈ, ਇਸ ਤਰ੍ਹਾਂ ਮਾਫ਼ ਕਰ ਦਿੱਤਾ ਜਾਂਦਾ, ਅਤੇ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਅਸੀਂ ਜਿਹੜੀ ਹੈ ਇੱਕ ਕੌਮ ਦੇ ਨਾਲ ਹੋਈਆਂ ਵਧੀਕੀਆਂ ਦੇ ਕਰਕੇ ਅਜਿਹਾ ਕਤਲ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਅਸੀਂ ਮਾਫ਼ੀ ਵੀ ਨਹੀਂ ਮੰਗਦੇ, ਅਸੀਂ ਮਾਫ਼ੀ ਮੰਗਣੀ ਨਹੀਂ ਹੈ, ਕਿਤੇ 'ਤੇ ਪਛਤਾਵਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਦੇਸ਼ ਦੇ ਵਿੱਚ ਕਿਹੜਾ ਟਰੈਂਡ ਸੈੱਟ ਕਰੇਗੀ? ਮੁਲਕ ਦੇਸ਼, ਤੁਹਾਨੂੰ ਨਹੀਂ ਲੱਗਦਾ ਕਿ ਨਵਾਂ ਟ੍ਰੈਂਡ ਸੈੱਟ ਹੋ ਜਾਏਗਾ? ਕੋਈ ਨਾ ਕੋਈ ਅਜਿਹਾ ਬੰਦਾ ਆਏਗਾ, ਮਾਰੇਗਾ, ਕਰੇਗਾ, ਤੁਹਾਨੂੰ ਲੱਗਦਾ ਕੁਛ ਅਜਿਹਾ ਕਿ ਇਹ ਕੀ ਟ੍ਰੈਂਡ ਸੈੱਟ ਕਰੇਗਾ? ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਦੀ ਹਾਂ, ਇੱਕ ਮਿੰਟ ਵੀਰ ਜੀ। ਨੇ ਆਪਣੀ ਕੌਮ ਦਾ ਪੱਖ ਰੱਖਿਆ ਗਾ, ਉੱਥੇ ਮਾਫ਼ੀ ਦੀ ਗੱਲ ਨਹੀਂ ਆਉਂਦੀ, ਉੱਥੇ ਇਹ ਚੀਜ਼ ਨਹੀਂ ਆਉਂਦੀ। ਵੀਰ ਜੀ ਨੇ ਆਪਣੀ ਕੌਮ ਤੇ ਹੋਏ ਜ਼ੁਲਮਾਂ ਨੂੰ ਰੱਖਿਆ। ਪਹਿਲਾਂ ਮੈਂ ਇਹ ਪੁੱਛਦੀ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ-ਢੇਰੀ ਕਰਨ ਵਾਲਿਆਂ ਨੇ ਮਾਫ਼ੀ ਮੰਗੀ ਕਿ ਜੋ ਕਾਂਗਰਸ ਨੇ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਡੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ, ਉਸਦੇ ਲਈ ਮਾਫ਼ੀ ਮੰਗੀ ਕਿ ਜੋ ਦਿੱਲੀ ਦੀਆਂ ਸੜਕਾਂ ਤੇ ਹਜ਼ਾਰਾਂ ਸਿੱਖ ਨਿਰਦੋਸ਼ ਮਾਰੇ ਗਏ ਕਿ ਕਦੇ ਉਸਦੇ ਲਈ ਮਾਫ਼ੀ ਮੰਗੀ? ਕਾਂਗਰਸ ਤਾਂ ਕਹਿੰਦੀ ਉਹਨਾਂ ਨੇ ਮੰਗੀ, ਸਪੋਜ਼ ਇਹਨਾਂ ਇਹ ਜਿਹੜੀ ਮਾਫ਼ੀ ਵਾਲੀ ਗੱਲਾਂ ਤੇ ਕਈ ਵਾਰ ਗੱਲਾਂ ਆਈਆਂ ਮਾਫ਼ੀ ਵਾਲੀ ਤਾਂ, ਪਰ ਇੱਥੇ ਤੁਹਾਡੇ ਵੱਲੋਂ ਨਹੀਂ ਆਈ ਜੋ, ਕਿਉਂਕਿ ਮੈਂ ਦੋਨੋਂ ਸਾਈਡ ਦੀ ਗੱਲ ਕਰ ਰਿਹਾ, ਕਿਉਂਕਿ ਬੀਂਗ ਪੱਤਰਕਾਰ ਸਾਨੂੰ ਦੋਨੋਂ ਸਾਈਡ ਪੱਖ ਦੇਖਣੇ ਆ।
ਜਿਹੜੀ ਜਿਹੜੀ ਪਟੀਸ਼ਨ ਪਾਈ ਗਈ ਹੈ ਉਹ ਮਤਲਬ ਕਿ 24 ਸਾਲ ਜੇਲ੍ਹ 'ਚ ਰਹੇ ਨੇ, 24 ਸਾਲਾਂ ਦਾ ਵੀਰ ਜੀ ਦਾ ਇੱਕ ਜੀਵਨ ਹੈ ਗੁਰੂ ਸਾਹਿਬ ਜੀ ਨੂੰ ਸਮਰਪਿਤ, ਜਿਹੜਾ ਨਿਤਨੇਮ ਦੇ ਨਾਲ ਸ਼ੁਰੂ ਹੁੰਦਾ ਜੋ ਗੁਰੂ ਦੇ ਓਟ ਆਸਰੇ ਦੇ ਵਿੱਚ ਚੱਲ ਰਿਹਾ, ਅਤੇ ਅਸੀਂ ਪਰਿਵਾਰ ਗੁਰੂ ਸਾਹਿਬ ਜੀ ਦੇ ਓਟ ਆਸਰੇ ਦੇ ਵਿੱਚ ਚੱਲ ਰਹੇ ਹਾਂ ਗੁਰੂ ਸਾਹਿਬ ਜੀ ਦੀ ਮਿਹਰ ਤੇ, ਕਿੰਤੂ ਪਰੰਤੂ ਨਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਹੈ ਜੀ। ਮੇਰਾ ਇੱਕ ਸਵਾਲ ਕਿ ਤੁਸੀਂ ਲਗਾਤਾਰ ਮਾਤੇ ਜੋ ਕੇਂਦਰ ਸਰਕਾਰ ਮੱਲਮ ਲਾ ਰਹੀ ਹੈ ਉਹਨਾਂ ਜ਼ਖਮਾਂ ਨੂੰ ਤੁਸੀਂ ਨਾ ਕਰੇ ਦੋ? ਨਹੀਂ ਬਿਲਕੁਲ, ਦੇਖੋ ਦੇਖੋ ਸਮਾਜ 'ਚ ਹਰ ਪੱਖ ਹੁੰਦਾ ਅਤੇ ਹਰ ਪੱਖ ਨੂੰ ਸੁਣਨਾ ਵਿਚਾਰਨਾ ਚਾਹੀਦਾ, ਹਰ ਕਿਸੇ ਦਾ ਆਂਸਰ ਦੇਣ ਲਈ ਤੁਸੀਂ ਬੈਠੇ ਹੋ, ਤੁਸੀਂ ਉਹਨਾਂ ਦੇ ਸਿਸਟਰ ਹੋ, ਤੁਸੀਂ ਸਟਰਗਲ ਕੀਤੀ ਹੈ, ਲਗਾਤਾਰ ਲੱਗੇ ਹੋਏ ਹੋ, ਲਗਾਤਾਰ ਤੁਸੀਂ ਮਿਲਦੇ ਰਹਿੰਦੇ ਹੋ ਰਾਜੂ ਰਾਣਾ ਸਾਹਿਬ ਨਾਲ, ਮਿਲਦੇ ਰਹਿੰਦੇ ਹੋ, ਕੀ ਗੱਲਬਾਤ ਹੁੰਦੀ ਹੈ ਤੁਹਾਡੀ? ਕਦੀ ਉਹਨਾਂ ਨੇ ਕੀ ਕਿਹਾ? ਸਪੋਜ਼ ਬਾਹਰ ਆਉਂਦੇ ਨੇ ਕੀ ਕਰਨਗੇ? ਕੀ ਬਾਹਰ ਆ ਕੇ ਕੀ ਕਰਨਗੇ? ਕਿਉਂਕਿ ਰਵਨੀਤ ਬਿੱਟੂ ਨੇ ਦੱਸਤਾ ਕਿ ਆਉਣਗੇ ਤਾਂ ਮਾਹੌਲ ਖਰਾਬ ਕਰਨਗੇ। ਵੀਰ ਜੀ ਹਾਂਜੀ ਵੀਰ ਜੀ, ਇੱਕ ਸੱਚੇ ਸੁੱਚੇ ਇਨਸਾਨ ਨੇ। ਪਹਿਲੀ ਗੱਲ ਤਾਂ ਰਵਨੀਤ ਬਿੱਟੂ, ਮੈਨੂੰ ਇਹ ਦੱਸੋ ਕਿ ਅਸੀਂ 24 ਸਾਲ ਹੋ ਗਏ ਵੀਰ ਜੀ ਨੂੰ ਜੇਲ੍ਹ ਦੇ ਵਿੱਚ, ਅਸੀਂ ਫੈਮਿਲੀ ਇੱਥੇ ਹਾਂ, ਸਾਰੀ ਦੇਸ਼ ਦੀਆਂ ਏਜੰਸੀਆਂ ਨੇ, ਅਸੀਂ ਪਰਿਵਾਰ ਸਟਰਗਲ ਕਰ ਰਹੇ ਹਾਂ ਵੀਰ ਜੀ, ਪਰਿਵਾਰ ਦੇ ਨਾਲ ਰਹਿਣਗੇ, ਪਰਿਵਾਰ ਹੈ ਅਸੀਂ, ਠੀਕ ਹੈ। ਅਤੇ ਜਿਹੜਾ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਨੇ, ਇਹ ਰਾਜਨੀਤੀ ਨਾ ਕਰਨ। ਗੁਰੂ ਮਹਾਰਾਜ ਦਾ ਅਸੀਂ 1000 ਵਾਰ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਮੇਰੇ ਭਰਾ ਨੂੰ ਇੱਕ ਰਾਸਤਾ ਖੋਲ੍ਹਿਆ ਗਾ ਘਰ ਆਉਣ ਦਾ, ਤਾਂ ਕਿ ਸਾਡੇ ਬੱਚੇ ਅਸੀਂ ਆਪਣੀ ਇੱਕ ਨਵੀਂ ਜ਼ਿੰਦਗੀ ਅਸੀਂ ਜਿਉਂ ਸਕੀਏ। ਸਿਆਸਤ 'ਚ ਜਾਣਗੇ ਕਮਲਦੀਪ ਜੀ? ਮੇਰਾ ਆਖਰੀ ਸਵਾਲ, ਸਿਆਸਤ 'ਚ ਜਾਣ ਦਾ ਹੈਗਾ? ਪੋਲੀਟੀਕਲ ਪਾਰਟੀਆਂ ਤੁਹਾਡੇ ਇੰਟਾ 'ਚ ਹੈਗੀਆਂ? ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਨਹੀਂ ਜੀ, ਨਹੀਂ ਬਿਲਕੁਲ ਵੀ ਨਹੀਂ। ਗੁਰੂ ਦੇ ਓਟ ਆਸਰੇ 'ਚ ਨਾ ਮੈਂ ਨਾ ਵੀਰ ਜੀ ਅਸੀਂ ਕਦੇ ਰਾਜਨੀਤੀ 'ਚ ਨਹੀਂ ਆਵਾਂਗੇ ਜੀ। ਅਸੀਂ ਬਹੁਤ ਗੁਰੂ ਦੇ ਓਟ ਆਸਰੇ 'ਚ ਰਹਿਣ ਵਾਲੇ ਪਰਿਵਾਰ ਹਾਂ, ਜੋ ਪਹਿਲਾਂ ਸੀ ਉਹ ਵੀ ਸਿੱਖ ਕੌਮ ਦੇ ਗੱਲ ਨੂੰ ਲੈ ਕੇ ਸੀ, ਸਾਡਾ ਇਹੋ ਜਿਹਾ ਕੋਈ ਇਰਾਦਾ ਨਹੀਂ ਹੈ।